ਮੇਰੇ ਬਹੁਤ ਪਿਆਰਿਓ, ਯਿਸੂ ਮਸੀਹ ਦੇ ਨਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਆਸ ਹੈ ਕਿ ਠੀਕ ਠਾਕ ਹੋ। ਪਰ ਜੇ ਉਦਾਸ ਹੋ ਤਾਂ ਕਿਉਂ ਹੋ, ਕਿਉਂ ਪਰੇਸ਼ਾਨ ਹੋ? ਸਾਨੂੰ ਪਰਮੇਸ਼ਰ ਦੇ ਨਾਲ ਚੱਲਣ ਦੀ ਲੋੜ ਹੈ। ਹਰ ਦਿਨ ਉਸ ਦੇ ਨਾਲ ਚੱਲਣ ਦੀ ਲੋੜ ਹੈ। ਹਰ ਸਵੇਰੇ ਉੱਠਦਿਆਂ ਹੀ ਪਰਮੇਸ਼ਰ ਦੇ ਚਰਨਾਂ 'ਚ ਬੈਠ ਕੇ ਪ੍ਰਾਰਥਨਾ ਕਰਨੀ ਹੈ ਅਤੇ ਬਾਈਬਲ ਵਿੱਚੋਂ ਉਸ ਦੇ ਵਚਨਾਂ ਦਾ ਅਧਿਐਨ ਕਰਨਾ ਹੈ। ਇਸ ਤੋਂ ਬਾਅਦ ਹੀ ਯਿਸੂ ਦੇ ਨਾਲ ਚੱਲਣਾ ਪ੍ਰੋਗਰਾਮ ਨੂੰ ਵੇਖਣਾ ਹੈ। ਬਸ 3 ਮਿੰਟ ਪ੍ਰਾਰਥਨਾ ਕਰਕੇ ਇਹ ਨਹੀਂ ਕਹਿਣਾ ਹੈ ਕਿ ਮੈਂ ਪ੍ਰਾਰਥਨਾ ਕਰ ਲਈ ਹੈ। ਹਰ ਦਿਨ ਪਰਮੇਸ਼ਰ ਦੇ ਨਾਲ ਚੱਲਣ ਦੇ ਅਨੁਭਵ ਨੂੰ ਪ੍ਰਾਪਤ ਕਰਨਾ ਹੈ। ਅੱਜ ਪਰਮੇਸ਼ਰ ਸਾਨੂੰ ਕੀ ਕਹਿਣਾ ਚਾਹੁੰਦਾ ਹੈ, ਪਰਮੇਸ਼ਰ ਦੇ ਵਚਨ ਵਿੱਚੋਂ ਅਧਿਐਨ ਕਰਾਂਗੇ। ਜ਼ਬੂਰ 130 ਅਧਿਆਏ ਦੀ 7 ਆਇਤ। ਹੇ ਇਸਰਾਇਲ, ਯਹੋਵਾ ਦੀ ਆਸ ਰੱਖ, ਕਿਉਂ ਜੋ ਯਹੋਵਾ ਕੋਲ ਦਇਆ ਹੈ ਅਤੇ ਉਹਦੇ ਕੋਲ ਨਿਸਤਾਰਾ ਕਾਫੀ ਹੈ। ਇਸਰਾਇਲ ਨਾਮ ਦਾ ਅਰਥ ਹੈ ਪਰਮੇਸ਼ਰ, ਮੇਰਾ ਪ੍ਰਭੂ। ਯਾਕੂਬ ਜਦੋਂ ਇਕੱਲਾ ਸੀ ਤਾਂ ਪਰਮੇਸ਼ਰ ਨੇ ਉਸ ਨੂੰ ਇੱਕ ਵੱਡੀ ਕੌਮ ਬਣਾਇਆ। ਜਦੋਂ ਉਹ ਆਪਣੇ ਪਾਪਾਂ ਤੋਂ ਪਛਤਾਇਆ ਤਾਂ ਪਰਮੇਸ਼ਰ ਨੇ ਉਸ ਨੂੰ ਬਰਕਤ ਦਿੱਤੀ। ਤੇ ਇਸੇ ਤਰ੍ਹਾਂ ਜੇਕਰ ਅਸੀਂ ਵੀ ਆਪਣੇ ਪਾਪਾਂ ਨੂੰ ਮੰਨਾਂਗੇ ਤਾਂ ਪ੍ਰਭੂ ਮਾਫ ਕਰੇਗਾ ਤੇ ਬਰਕਤ ਦੇਵੇਗਾ। ਭਰੋਸਾ ਪਰਮੇਸ਼ਰ ਦੇ ਉੱਤੇ ਹੋਣਾ ਚਾਹੀਦਾ ਹੈ। ਕਈ ਲੋਕ ਮਨੁੱਖਾਂ ਦੇ ਉੱਤੇ ਭਰੋਸਾ ਰੱਖਦੇ ਹਨ। ਕਈ ਕਹਿੰਦੇ ਹਨ, ਮੇਰੇ ਰਿਸ਼ਤੇਦਾਰ ਬਹੁਤ ਵੱਡੇ ਹਨ ਅਤੇ ਉਹ ਮੇਰੀ ਲੋੜ ਨੂੰ ਪੂਰਾ ਕਰਨਗੇ, ਸਭ ਸੰਭਾਲ ਲੈਣਗੇ। ਮਤਲਬ ਮਨੁੱਖ ਉੱਤੇ ਭਰੋਸਾ। ਕਹਿਣਾ ਇਹ ਹੈ ਕਿ ਪਰਮੇਸ਼ਰ ਮੇਰਾ ਰਾਖਾ ਹੈ, ਮੇਰਾ ਭਰੋਸਾ ਹੈ। ਜੇ ਪਰਮੇਸ਼ਰ 'ਤੇ ਭਰੋਸਾ ਰੱਖੋਗੇ ਤਾਂ ਉਹ ਤੁਹਾਨੂੰ ਕਦੇ ਸ਼ਰਮਿੰਦਾ ਨਹੀਂ ਹੋਣ ਦੇਵੇਗਾ ਅਤੇ ਹਮੇਸ਼ਾ ਤੁਹਾਡੀ ਮਦਦ ਕਰੇਗਾ। ਵਚਨ ਸਾਨੂੰ ਕੀ ਦੱਸਦਾ ਹੈ? ਵਚਨ ਕਹਿੰਦਾ ਹੈ ਕਿ ਪਰਮੇਸ਼ਰ ਦਿਆਲੂ ਹੈ ਅਤੇ ਦਿਆਲੂ ਹੋਣ ਦਾ ਮਤਲਬ ਹੈ ਕਿ ਸਾਡਾ ਪਰਮੇਸ਼ਰ ਯਹੋਵਾ ਸਾਡੀ ਸੁਰੱਖਿਆ ਕਰਦਾ ਹੈ। ਜੇ ਛੁਟਕਾਰਾ ਚਾਹੀਦਾ ਹੈ ਤਾਂ ਪਰਮੇਸ਼ਰ ਦੇ ਕੋਲ ਆ ਕੇ ਕਹਿਣਾ ਹੈ, ਹੇ ਪਰਮੇਸ਼ਰ, ਮੈਂ ਤੇਰੇ ਉੱਤੇ ਵਿਸ਼ਵਾਸ ਕਰਦਾ ਹਾਂ, ਤੂੰ ਹੀ ਮੇਰੀ ਰਾਖੀ ਕਰ। ਪ੍ਰਭੂ ਨੂੰ ਕਹਿਣਾ ਹੈ, ਪ੍ਰਭੂ ਮੇਰਾ ਵਿਸ਼ਵਾਸ ਇੱਧਰ ਉੱਧਰ ਨਹੀਂ ਹੈ ਅਤੇ ਮੈਂ ਜਾਣਦਾ ਹਾਂ ਕਿ ਤੂੰ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਪਰਮੇਸ਼ਰ ਹੈ ਅਤੇ ਤੂੰ ਹੀ ਮੇਰਾ ਰਾਖਾ ਅਤੇ ਮੇਰਾ ਛੁਟਕਾਰਾ ਹੈ ਅਤੇ ਮੈਂ ਤੇਰੇ 'ਤੇ ਵਿਸ਼ਵਾਸ ਕਰਦਾ ਹਾਂ। ਸ਼ਾਇਦ ਤੁਸੀਂ ਕਈ ਮਨੁੱਖਾਂ 'ਤੇ ਵਿਸ਼ਵਾਸ ਕੀਤਾ ਅਤੇ ਧੋਖਾ ਹੀ ਖਾਧਾ ਅਤੇ ਤੁਸੀਂ ਕਹਿੰਦੇ ਹੋ ਕਿ ਮੈਂ ਉਹਨਾਂ ਉੱਤੇ ਇੰਨਾ ਵਿਸ਼ਵਾਸ ਕੀਤਾ ਲੇਕਿਨ ਉਹਨਾਂ ਮੇਰੀ ਕੋਈ ਮਦਦ ਨਹੀਂ ਕੀਤੀ, ਔਖੇ ਵੇਲੇ ਕੰਮ ਨਹੀਂ ਆਏ। ਮਨੁੱਖ ਤਾਂ ਇਸੇ ਤਰ੍ਹਾਂ ਦੇ ਰਹਿਣਗੇ, ਪਰ ਜੇ ਪ੍ਰਭੂ 'ਤੇ ਭਰੋਸਾ ਕਰੋਗੇ ਤਾਂ ਉਹ ਮਦਦ ਕਰੇਗਾ। ਪੂਰੇ ਦਿਲ ਤੋਂ ਪਰਮੇਸ਼ਰ 'ਤੇ ਵਿਸ਼ਵਾਸ ਰੱਖ ਕੇ ਕਹਿਣਾ ਹੈ ਕਿ ਉਹੀ ਮੇਰਾ ਭਰੋਸਾ ਹੈ, ਤਦ ਤੁਹਾਡੇ ਜੀਵਨ 'ਚ ਚਮਤਕਾਰ ਹੋਵੇਗਾ। ਇਸ ਲਈ ਅੱਜ ਅਸੀਂ ਪਰਮੇਸ਼ਰ ਨੂੰ ਕਹਾਂਗੇ, ਹੇ ਪਰਮੇਸ਼ਰ, ਹੁਣ ਤੱਕ ਮੈਂ ਮਨੁੱਖਾਂ ਉੱਤੇ ਵਿਸ਼ਵਾਸ ਰੱਖਿਆ ਅਤੇ ਮਨੁੱਖਾਂ 'ਤੇ ਵਿਸ਼ਵਾਸ ਕਰਕੇ ਮੈਨੂੰ ਧੋਖਾ ਹੀ ਮਿਲਿਆ। ਤੂੰ ਮੇਰੀ ਗਲਤੀ ਨੂੰ ਮਾਫ਼ ਕਰ, ਮੇਰੀ ਸਾਰੀ ਆਸ ਤੇਰੇ ਉੱਤੇ ਹੀ ਹੈ। ਹੇ ਪ੍ਰਭੂ, ਅੱਜ ਮੈਂ ਇਹਨਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਕਿ ਯਿਸੂ ਮਸੀਹ ਦੇ ਨਾਮ ਵਿੱਚ ਇਹਨਾਂ ਸਾਰਿਆਂ ਨੂੰ ਛੁਟਕਾਰਾ ਮਿਲੇ, ਇਹਨਾਂ ਨੂੰ ਬਰਕਤ ਮਿਲੇ ਅਤੇ ਹੇ ਪ੍ਰਭੂ, ਤੂੰ ਹੀ ਇਹਨਾਂ ਨੂੰ ਉਹ ਭਰੋਸਾ ਅਤੇ ਬਰਕਤ ਪ੍ਰਦਾਨ ਕਰ। ਯਿਸੂ ਦੇ ਨਾਮ ਵਿੱਚ ਆਮੀਨ, ਆਮੀਨ।